दोस्तों गर्मियां दे मौसम दे विच ना अपनी स्किन दी देखभाल करनी बहुत ही जरूरी हैगी है, क्योंकि जदों पसीना आंदा है ते फेस ते बहुत ही ज्यादा इफेक्ट पैंदा वे, ते एदे नाल जेड़ा कालापन भी फेस ते आना शुरू हो जांदा वे, ते आपां बहुत ही ज्यादा परेशान हो जांदे आ। किवें तुसीं ओह तों छुटकारा पा सकदे हो कालेपन तों, और किवें अपने फेस नूं ग्लोइंग बना सकदे हो, ओह मैं तुहानूं अज दस्सांगी किहड़ा फेस पैक तुसीं लगाना है। लेकिन उस तों पहलां तुहाडे सारिआं दा स्वागत है तुहाडे अपने चैनल यस टीवी ते, बन चुकी है जी तुहाडे नाल मनप्रीत कौर। ते आओ दोस्तों जानदे हां किहदे नाल आपां फेस नूं बहुत ही सोहणा बना सकदे हां। मुल्तानी मिट्टी, मुल्तानी मिट्टी साडे फेस लई बहुत ही ज्यादा वधिया हैगी। हुण तुसीं मुल्तानी मिट्टी दे विच की मिक्स करना है जिहदे नाल वधिया फेस पैक तैयार होएगा। सब तों पहला जी अंडे दा जिहड़ा सफेद भाग हुंदा वे तुसीं ओह लैणा वे, ओहदे विच 2 चम्मच तुसीं मुल्तानी मिट्टी मिक्स करनी है, और दुध। ऐ सब चीजां नूं मिक्स करके इक वधिया जिहा पेस्ट तुहाडा तैयार हो जाएगा। इस पैक नूं तुसीं अपने फेस ते अप्लाई करना है, ਜਦੋਂ ਸੁੱਕ ਜਾਏ ਤਾਂ ਨਾਰਮਲ ਪਾਣੀ ਦੇ ਨਾਲ ਵਾਸ਼ ਕਰ ਲੈਣਾ ਜੀ। ਇਸ ਸਪਤਾਹ ਦੇ ਵਿੱਚ, ਵੀਕ ਦੇ ਵਿੱਚ ਤੁਸੀਂ 2 ਵਾਰ ਲਗਾਓ, ਵੇਖਣਾ ਰਿਜ਼ਲਟ ਜ਼ਰੂਰ ਤੁਹਾਡੇ ਸਾਹਮਣੇ ਆਏਗਾ। ਹੋਰ ਤੁਸੀਂ ਮੁਲਤਾਨੀ ਮਿੱਟੀ ਦਾ ਜਿਹੜਾ ਹੈ ਜੀ ਕਿਵੇਂ ਆਪਣੇ ਫੇਸ ਤੇ ਇਸਤੇਮਾਲ ਕਰ ਸਕਦੇ ਹੋ, ਉਹ ਵੀ ਮੈਂ ਤੁਹਾਨੂੰ ਦੱਸਣੀ ਹੈ ਜੀ। ਮੁਲਤਾਨੀ ਮਿੱਟੀ ਦੇ ਵਿੱਚ ਤੁਸੀਂ ਗੁਲਾਬ ਜਲ, ਚੁਟਕੀ ਪਰ ਹਲਦੀ, ਇਹ ਸਭ ਮਿਕਸ ਕਰਕੇ ਵੀ ਆਪਣੇ ਫੇਸ ਤੇ ਇੱਕ ਵਧੀਆ ਜਿਹਾ ਪੈਕ ਬਣਾ ਕੇ ਲਗਾ ਸਕਦੇ ਹੋ, ਜਿਹਦੇ ਨਾਲ ਬਹੁਤ ਹੀ ਵਧੀਆ ਫਾਇਦਾ ਮਿਲੇਗਾ। ਹੋਰ ਮੁਲਤਾਨੀ ਮਿੱਟੀ ਦੇ ਵਿੱਚ ਤੁਸੀਂ ਕੀ ਮਿਲਾ ਕੇ ਆਪਣੇ ਫੇਸ ਤੇ ਲਗਾ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਡਬਲ ਫਾਇਦਾ ਮਿਲੇਗਾ? ਬਿਲਕੁਲ ਜੀ, ਮੁਲਤਾਨੀ ਮਿੱਟੀ ਲੈਣੀ ਹੈ, ਉਹਦੇ ਵਿੱਚ ਜਿਵੇਂ ਕਿ ਤੁਸੀਂ 2 ਚਮਚ ਮੁਲਤਾਨੀ ਮਿੱਟੀ ਦਿੱਤੀ, ਉਹਦੇ ਵਿੱਚ 1 ਚਮਚ ਤੁਸੀਂ ਚੰਦਨ ਪਾਊਡਰ ਦਾ ਲਵੋ, ਚੁਟਕੀ ਭਰ ਹਲਦੀ ਲਵੋ, ਥੋੜਾ ਜਿਹਾ ਤੁਸੀਂ ਟਮਾਟਰ ਦਾ ਰਸ ਲੈ ਸਕਦੇ ਹੋ, ਔਰ ਗੁਲਾਬ ਜਲ। ਐਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਵਧੀਆ ਜਿਹਾ ਤੁਹਾਡਾ ਪੈਕ ਜਿਹੜਾ ਉਹ ਤਿਆਰ ਹੋ ਜਾਏਗਾ। ਪਹਿਲਾਂ ਆਪਣੇ ਫੇਸ ਨੂੰ ਤੁਸੀਂ ਨਾਰਮਲ ਪਾਣੀ ਦੇ ਨਾਲ ਵਾਸ਼ ਕਰਨਾ ਹੈ, ਉਸ ਤੋਂ ਬਾਅਦ ਡਰਾਈ ਕਰਨਾ ਹੈ, ਉਸ ਤੋਂ ਬਾਅਦ ਤੁਸੀਂ ਆਪਣੇ ਫੇਸ ਤੇ ਪੈਕ ਅਪਲਾਈ ਕਰਨਾ ਹੈ। ਜਦੋਂ ਪੈਕ ਸੁੱਕ ਜਾਏ ਤਾਂ ਨਾਰਮਲ ਪਾਣੀ ਦੇ ਨਾਲ ਵਾਸ਼ ਕਰ ਲੈਣਾ ਹੈ। ਵੇਖਣਾ ਜੀ ਤੁਹਾਡਾ ਫੇਸ ਜਿਹੜਾ ਬਹੁਤ ਹੀ ਜ਼ਿਆਦਾ ਗਲੋ ਕਰੇਗਾ ਤੇ ਬਹੁਤ ਹੀ ਸੋਹਣਾ ਹੋਏਗਾ। ਤੇ ਦੋਸਤੋ ਅਗਲਾ ਤੁਸੀਂ ਮੁਲਤਾਨੀ ਮਿੱਟੀ ਦਾ ਉਪਯੋਗ ਕਿਵੇਂ ਕਰ ਸਕਦੇ ਹੋ ਆਪਣੇ ਫੇਸ ਤੇ, ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ। ਮੁਲਤਾਨੀ ਮਿੱਟੀ ਦੇ ਵਿੱਚ ਸਿਰਫ ਔਰ ਸਿਰਫ ਗੁਲਾਬ ਜਲ ਔਰ ਐਲੋਵੇਰਾ ਜੈਲ ਮਾਰਕੀਟ ਤੋਂ ਵਿੱਚ ਆਸਾਨੀ ਨਾਲ ਮਿਲ ਜਾਂਦਾ ਵੇ, ਉਹ ਮਿਕਸ ਕਰਕੇ ਤੁਸੀਂ ਆਪਣੇ ਫੇਸ ਤੇ ਲਗਾ ਸਕਦੇ ਹੋ, ਜਿਹਦੇ ਨਾਲ ਬਹੁਤ ਹੀ ਵਧੀਆ ਫਾਇਦਾ ਹੁੰਦਾ ਵੇ। ਐਸੀ ਦੋਸਤੋ ਅੱਜ ਦੇ ਸਾਰੇ ਟਿਪਸ ਕਿ ਕਿਵੇਂ ਤੁਸੀਂ ਮੁਲਤਾਨੀ ਮਿੱਟੀ ਦੇ ਨਾਲ ਆਪਣੇ ਫੇਸ ਤੇ ਗਲੋ ਲਿਆ ਸਕਦੇ ਹੋ, ਤੇ ਇਸੇ ਦੇ ਨਾਲ ਦੋਸਤੋ ਜ਼ਰੂਰ ਦੱਸਿਓ ਅੱਜ ਦਾ ਐਪੀਸੋਡ ਤੁਹਾਨੂੰ ਕਿੱਦਾਂ ਦਾ ਲੱਗਿਆ। ਫਿਰ ਰੂਬਰੂ ਹੋਵਾਂਗੀ ਨਵੇਂ ਟਿਪਸ ਦੇ ਨਾਲ ਤੁਹਾਡੇ ਆਪਣੇ ਚੈਨਲ ਯੂਐਸ ਟੀਵੀ ਤੇ। ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।